ਅਬੇ ਇੱਕ ਮੇਰੇ ਹੁਣ ਰਿਕੁਐਸਟ ਹੀ ਆ ਜਿੰਨੀਆਂ ਕੁੜੀਆਂ ਬਲੌਗ ਦੇਖਦੀਆਂ ਜੇ ਕੋਈ ਵੀ ਮੇਰੇ ਨਾਲ ਕਰਨੀ ਚਾਹੁੰਦੀ ਹੈ ਰਿਲੇਸ਼ਨ 'ਚ ਆਉਣੀ ਚਾਹੁੰਦੀ ਉਹ ਵਿੱਚ ਚੱਕ ਮੈਨੂੰ ਹੋ ਕੇ ਮੈਸੇਜ ਕਰ ਸਕਦੀ ਮੇਰੀ ਇੰਸਟਾਗ੍ਰਾਮ ਹੈਲੋ ਗਾਇਸ ਗੁੱਡ ਆਫਟਰਨੂਨ ਹੈਵੀ ਨਾਈਸ ਡੇ ਐਨਕਾ ਦੱਸਿਓ ਆਹ ਲਾਵਾਂ ਇੱਕ ਹੋਰ ਆ ਐਲ ਬੀ ਦੀਆਂ ਓਰੀਜਨਲ ਆਪਣੇ ਕੋਲ ਇਹ ਉਹ ਵੀ ਆਪਾਂ ਨੂੰ ਗਿਫਟ ਮਿਲੀਆਂ ਸੀ ਇੰਗਲੈਂਡ ਦੇ ਉੱਪਰੋਂ ਇੰਗਲੈਂਡ ਦੇ ਉੱਪਰੋਂ ਗਿਆ ਤਾਂ ਇੰਗਲੈਂਡ ਤੋਂ ਆਈਆਂ ਸੀਗੀਆਂ ਭੈਣੇ ਮੇਰੀ ਨੇ ਦਿੱਤੀਆਂ ਸੀਗੀਆਂ ਉਹ ਦੱਸਿਓ ਉਹ ਲਾਵਾਂ ਕਿ ਇਹ ਲਾਵਾਂ ਇਹ ਦੁਬਾਰਾ ਮੈਂ ਤੁਹਾਨੂੰ ਇੱਕ ਵਾਰੀ ਲਾ ਕੇ ਦਿਖਾ ਦਿੰਦਾ ਆਹ ਐਨਕਾ ਆ ਅਤੇ ਦੂਜੀ ਐਲ ਬੀ ਦੀ ਉਹ ਵੀ ਤੁਹਾਨੂੰ ਮੈਂ ਲਾ ਕੇ ਦਿਖਾ ਦਿੰਦਾ ਮੰਮੀ ਓ ਮਾਮ ਹਾਂਜੀ ਹੈਲੋ ਕਰਦੇ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ फोन लेना है फोन आप देख लिया तेन पता वन प्लस का वन प्लस कंपनी है यानी कि 20-25 हज़ार का वधिया मिल जाता फोन जेड़ा आप सही लगा वह आप देख के ले लेना लैके गां आप दे के आना फोन ओह ਯਾਨੀ ਕਿ ਕੋਲ ਨਹੀਂ ਰੱਖਣਾ ਹੈਗਾ ਸਮਝਦੇ ਤੁਸੀਂ ਅਤੇ ਯਾਨੀ ਕਿ ਦੇ ਕੇ ਆਉਣਾ ਕਿਸੇ ਨੂੰ ਕਿਹਾ ਹੋਇਆ ਨਾ ਗਿਫਟ ਮਤਲਬ ਲਾ ਲਓ ਹੈ ਨਾ ਉਹਨਾਂ ਨੇ ਦੇਣਾ ਮੈਂ ਨਹੀਂ ਦੇਣਾ ਹੈਗਾ ਯਾਨੀ ਕਿ ਮੈਂ ਫੜਾ ਕੇ ਆਉਣਾ ਜਦੋਂ ਸਮਝ ਲਓ ਮੈਂ ਡਿਲੀਵਰੀ ਬੋਆਏ ਹਾਂ ਹੋਰ ਅੰਮੀ ਹੋਰ ਠੀਕ ਆ ਧਿਆਨ ਨਾਲ ਜਾਇਓ ਮੇਰੇ ਪੁੱਤ ਸਟੋਰੀ ਸੁਣਾ ਰਹੀ ਸੱਚ ਅੱਜ ਤੇਜ਼ ਨਹੀਂ ਜਾਣਾ ਹੈਗਾ ਹੌਲੀ ਜਾਣਾ ਹੈਗਾ ਆਪਣਾ ਤੇਜ਼ ਰੱਖਣਾ ਤੇਜ ਹੀ ਜਾਣਾ ਮੈਂ ਤਾਂ ਹਨੇਰੀ ਠਾਲ ਦੇ ਨੇ ਜਾਣਾ ਜੱਟ ਨੇ ਫਿਰ ਹੀ ਪਤਾ ਲੱਗੂਗਾ ਮੈਨੂੰ ਨੰਬਰ ਲੰਘ ਗਿਆ ਫਿਰ ਹੀ ਪਤਾ ਲੱਗੂਗਾ ਮੈਨੂੰ ਨੰਬਰ ਲੰਘ ਗਿਆ ਤੇ ਜਾਊਂਗਾ ਹੋਰ ਠੀਕ ਹੋ ਤੁਸੀਂ ਤੁਹਾਨੂੰ ਨਿਰਾਸ਼ਾ ਨੀ ਹੈਗੀ ਕਿ ਮੈਂ ਇਕੱਲਾ ਹੀ ਚੱਲਾਂ ਤੁਹਾਨੂੰ ਨੀ ਲੈ ਕੇ ਚੱਲਾਂ ਮੈਂ ਤਾਂ ਕਿਹਾ ਸੀ ਤੈਨੂੰ ਤੂੰ ਜਾਣ ਕੇ ਨਹੀਂ ਮੈਨੂੰ ਲੈ ਕੇ ਚੱਲਾਂ ਤੂੰ ਆਪਣੇ ਦੋਸਤ ਨਾਲ ਤਿਆਰ ਕਰ ਲਿਆ ਮੈਂ ਤੈਨੂੰ ਕਿਹਾ ਸੀਗਾ ਮੈਨੂੰ ਲੈ ਚੱਲ ਚੱਲ ਅਗਲੀ ਵਾਰੀ ਸਹੀ ਨਾਲੇ ਤੁਹਾਨੂੰ ਮੈਂ ਮੱਥਾ ਟਕਾ ਕੇ ਲਿਆਉਂਦਾ ਨਾ ਅਗਲੀ ਵਾਰੀ ਮੈਂ ਜਾਣਾ ਨਹੀਂ ਕਰਨਾ ਗੁੱਸੇ ਹੋ ਗਏ ਨਾ ਗੁੱਸੇ ਨਹੀਂ ਉਦਾਂ ਨਹੀਂ ਜਾਣਾ ਹਾਏ ਮਾਂ ਸਦਕੇ ਗੁੱਸੇ ਹੋ ਗਏ ਬੈਰ ਨੇ ਵੀ ਜਾਣਾ ਨਹੀਂ ਕਰਨਾ ਤੂੰ ਲੈ ਕੇ ਚਲੋ ਲਾਰਾ ਲੱਪ ਲਾਰਾ ਲੱਪ ਲਾਰਾ ਲੱਪ ਲਾਈ ਰੱਖਦਾ ਤੁਹਾਨੂੰ ਮੈਂ ਮਨਾ ਲੈਣਾ ਕੋਈ ਗੱਲ ਨਹੀਂ ਅਗਲੀ ਵਾਰ ਪੱਕਾ ਹੁਣ ਕੰਨਾ ਤਿਆਰ ਹੋ ਗਿਆ ਯਾਰ ਮੈਂ ਚੱਲ ਇਹਨੂੰ ਲੈ ਜਾਣਾ ਨਾਲ ਜਗਬਾਣੀ ਤਿਆਰ ਹੋ ਗਿਆ ਕਹਿੰਦਾ ਮੈਂ ਚੱਲਦਾ ਨਹੀਂ ਮੈਂ ਮੰਮੀ ਨੂੰ ਲਿਆਉਣਾ ਸੀ ਨਾਲ ਹਾਂ ਉਹਨੇ ਮੈਨੂੰ ਕਿਹਾ ਸੀਗਾ ਹੈ ਨਾ ਕਿ ਮੈਨੂੰ ਲੈ ਜੀ ਫਿਰ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਜੜ ਦੇ ਜਵਾਨ ਹੋ ਜਾਏ ਮੈਂ ਕਦੇ ਮੁੱਕਰਦਾ ਨਹੀਂ ਉੱਤੋਂ ਮੈਂ ਤੁਹਾਨੂੰ ਇਹ ਨਹੀਂ ਕਿਹਾ ਸੀ ਮੈਂ ਕਿਹਾ ਅੰਮੀ ਤੁਸੀਂ ਕੱਚਾ ਪੱਕਾ ਰੱਖਿਓ ਯਾਨੀ ਕਿ ਇਹ ਨਾ ਸੋਚਿਓ ਕਿ ਲੈ ਕੇ ਜਾਊਗਾ ਇਹ ਸੋਚਿਓ ਕਿ ਹਾਂ ਜਾ ਵੀ ਸਕਦੀ ਹਾਂ ਨਹੀਂ ਵੀ ਜਾ ਸਕਦੀ ਹਾਂ ਲੁਧਿਆਣੇ ਚੱਲਦੇ ਹਾਂ ਆਪਾਂ ਲੁਧਿਆਣੇ ਨਾਲੇ ਸੱਚ ਉਹ ਮੇਰਾ ਪਿਆਇਆ ਸਮਾਨ ਜਿਹਾ ਭੈਣ ਨੇ ਵੀ ਕੀਤਾ ਸੀ ਫੋਨ ਨਾਲੇ ਉਹ ਫੜ ਲਾਂਗੇ ਤੇ ਨਾਲੇ ਆਪਾਂ ਕਵਾਤਰ ਨੂੰ ਅਨਮੋਲ ਕਵਾਤਰ ਬਾਈ ਨੂੰ ਮਿਲ ਆਵਾਂਗੇ ਠੀਕ ਹੈ ਪੱਕਾ ਰਹਿ ਗਿਆ ਨਾਲੇ ਸੇਵਾ ਕਰ ਆਵਾਂਗੇ ਉੱਥੇ ਜਿਹੜੀ ਕਰਨੀ ਹੋਈ ਚੱਲ ਠੀਕ ਹੈ ਬਾਏ ਬਾਏ ਸੋਹਣਾ ਲੱਗਦਾ ਏਸੀ ਤਾਂ ਚਲਾ ਦੇ ਕਿੱਥੇ ਚਲਾਇਆ ਸੀ ਚਲਾਤਾ ਆ ਦੱਬੇ ਚੱਲਣਾ ਭੈਣ ਚ ਮੈਂ ਕੀ ਚਲਾਇਆ ਤੇ ਤੂੰ ਉਹ ਤਾਂ ਅੰਦਰਲੀ ਹਵਾ ਵਾਲਾ ਹੁੰਦਾ ਗੱਲਾਂ ਪਤਾ ਨਹੀਂ ਕਹਿੰਦਾ ਨਾ ਘੱਟ ਆ ਨਾਲੇ ਇਨਕਾ ਹਾ ਆ ਲਾ ਹਾ ਦੇ ਹੁਣ ਬੇਸਕੁਟ ਘੋਲਣੇ ਫੇਰ ਦੁਬਾਰਾ ਹਾ ਦੇ ਦੇ ਇਨਕਾ ਆ ਲਾ ਲਾ ਵਾਹ ਸਹੀ ਹੈ ਯਾਰ ਉਹ ਨਹੀਂ ਨਹੀਂ ਦੇ ਦੇ ਯਾਰ ਨਹੀਂ ਨਹੀਂ ਮੈਂ ਬਾਅਦ ਚ ਲੈ ਲਈ ਦੇ ਦੇ ਜਾਵੇ ਉਹ ਯਾਰ ਲਾ ਕੇ ਦੇ ਦੇ ਫੜਾ ਦੇ ਬਾਅਦ ਚ ਲੈ ਲਈ ਫੜਾਈ ਹੁਣ ਦੱਸੋ ਦੇਖ ਕੇ ਆ ਸਹੀ ਕਿ ਉਹ ਸਹੀ ਸੀਗੀਆਂ ਆਪਾਂ ਉਹੀ ਫੇਰ ਲਾ ਲੈਣੀਆਂ ਠੀਕ ਹੈ ਚਲੋ ਬਣੇ ਰਹੋ ਬਲੌਗ ਦੇ ਨਾਲ ਅਤੇ ਚਲੀਏ ਜੱਗ ਬਾਣੀ ਵੀ ਰੈਡੀ ਆ ਮੈਂ ਵੀ ਰੈਡੀ ਹਾਂ ਬਣੇ ਰਹੋ ਬਲੌਗ ਨਾਲ ਚਲੋ ਪਹਿਲਾਂ ਹੁਣ ਸਾਨੂੰ ਗੋਹਾ ਚੱਕਣਾ ਪੈਣਾ ਹੈ ਓ ਮਾਈ ਗਾਡ ਮੈਂ ਕਹਿੰਦੇ ਵਿਆਹ ਵਿਊਹ ਦੇ ਵੀ ਤਿਆਰ ਹੋ ਕੇ ਜਾਣਾ ਹੋਵੇ ਹੈ ਨਾ ਤਾਂ ਪਹਿਲਾਂ ਮੈਨੂੰ ਗੋਹੇ ਚੱਕ ਕੇ ਜਾਣਾ ਬੰਦ
ਦੱਸੇ ਬਾਬੇ ਡਰਾਇਰ ਲਵਾ ਲਈਏ ਕਿ ਇੱਦੇ ਰਹਿਣ ਦਈਏ ਇਹ ਕਹਿੰਦੇ ਲਵਾਉਣੀ ਹੈ ਡਰਾਇਰ ਮੈਂ ਚੱਲ ਲਵਾ ਲੈਂਦੇ ਹਾਂ ਅਤੇ ਹੁਣ ਆਪਣੇ ਸ਼ਹਿਰ ਈਵਨਿੰਗ 84 ਅਸੀਂ ਪਹੁੰਚ ਗਏ ਹਾਂ ਅਤੇ ਗੱਡੀਆਂ ਨੂੰ ਚਿਲੜਿਆ ਨਜ਼ਾਰਾ ਆ ਰਿਹਾ ਆ ਅਤੇ ਨਜ਼ਾਰਾ ਜਾ ਰਿਹਾ ਹੈ ਫੀਲਿੰਗ ਘੈਂਟ ਆ ਹੁਣ ਚਾਹ ਚੂ ਪੀਂਦੇ ਹਾਂ ਕਿਤੇ ਰੋਕ ਕੇ ਢਾਬੇ 'ਤੇ ਕੈੜੇ ਜਿਹੇ ਹੋ ਕੇ ਨਿਕਲਣ ਲੱਗੇ ਹਾਂ ਆਪਣੇ ਸ਼ਹਿਰ ਈਵਨਿੰਗ 84 ਦੇ ਵਿੱਚੋਂ ਅਤੇ ਹੁਣ ਪਹਿਲਾਂ ਸਟੇਅ ਕਰਨੀ ਹੈ ਅਸੀਂ ਸਲੂਨ ਦੇ ਵਿੱਚ ਸਲੂਨ 'ਚ ਡਰਾਇਰ ਡਰੂਰ ਐਨ ਲਵਾ ਕੇ ਸੋਹਣੇ ਮੁੰਡੇ ਬਣ ਕੇ ਫਿਰ ਅਸੀਂ ਜਾਵਾਂਗੇ ਆਉਂਦਾ ਬੇ ਅਰਦਾਸ ਕਰਿਓ ਸਾਨੂੰ ਮਾਮਾ ਮੁਮਾ ਨਾ ਕੋਈ ਬੇਟਾ ਜਾਇਆ ਕਾਲੀ ਕਰਦਾ ਨਾ ਕਾਲੀ ਬਹੁਤ ਕਰਦੇ ਹਾਂ ਤਸੱਲੀ ਵਾਸ਼ ਹੁੰਦਾ ਹੈ ਨਾ ਤਸੱਲੀ ਵਾਸ਼ ਕੰਮ ਹੁੰਦਾ ਸਾਡੇ ਰਸਤਾਨ ਕਿੱਥੇ ਆ ਠੀਕ ਹੈ ਉਹ ਟੈਂਟ ਕਢਾ ਦੇ ਭੈਣ ਦਾ ਲਾਉਂਦਾ ਮੌਕਾ ਨਹੀਂ ਮੈਂ ਹੁਣ ਮੈਨੂੰ ਪਤਾ ਲੱਗ ਗਿਆ ਕਾਹਦੇ ਮੇਰੇ ਵੀ ਕਈ ਵੇਲੇ ਨਾ ਇਹ ਸੇਕ ਲਾਉਂਦਾ ਇਹ ਸਾਰਾ ਜਾਣ ਕੇ ਹੈਲਪ ਕਰਦਾ ਮੈਨੂੰ ਹੁਣ ਪਤਾ ਲੱਗਾ ਮੈਨੂੰ ਕਹਿੰਦਾ ਵੀਡੀਓ ਬਣਾ ਮੈਂ ਕੀ ਹੋਇਆ ਕਹਿੰਦਾ ਇਹਦੇ ਮੈਂ ਸੇਕ ਲਾਉਂਦਾ ਹਾਂ ਮੁੰਡੇ ਜੀ ਮਾਮਾ ਪਤਾ ਕਿੰਨੀਆਂ ਸੇਕ ਲਾਉਂਦੇ ਨਾ ਇੰਸਟਾਗ੍ਰਾਮ ਖੋਲ ਇੱਕ ਵਾਰ ਮੈਂ ਨਾ ਇੰਸਟਾਗ੍ਰਾਮ ਖੋਲਿਆ ਸੀ ਮਾਮਾ ਨੇ ਇੰਸਟਾਗ੍ਰਾਮ ਕੁੜੀਆਂ ਹੀ ਕੁੜੀਆਂ ਚੈਟ ਤੇ ਭੈਣ ਸੀਨ ਹੀ ਨਹੀਂ ਕਰਦਾ ਮੈਸੇਜ ਕੁੜੀਆਂ ਦੇ ਇੰਨੇ ਮੈਸੇਜ ਆ ਉਲਦੇ ਹੀ ਇਦਾਂ ਹੀ ਮਾੜੀ ਉਹ ਲਗਾ ਦੇ ਇੱਥੋਂ ਇਹ ਖਿਲਰ ਜਾਏਗਾ ਮਾੜੇ ਸਪਰੇ ਮਾਰ ਦਿਓ ਮੈਨੂੰ ਤੇਰੇ ਆਹ ਸੋਹਣੀਆਂ ਲਾ ਦੀਆਂ ਏਦਾਂ ਵਧੀਆ ਸਿਖਾਈ ਜਾਂਦੇ ਆ ਮੈਂ ਕਿਹਾ ਤੈਨੂੰ ਇੱਥੇ ਲਵਾ ਲੈਣਾ ਆਪਣੇ ਭਰਾ ਕੋਲ ਕਿਉਂਕਿ ਆਪਣਾ ਘਰ ਦਾ ਪੰਪ ਆ ਤੁਹਾਨੂੰ ਪਤਾ ਹੀ ਆ ਨਾ ਤੇ ਇਹ ਕਹਿੰਦਾ ਮੈਂ ਤੇਲ ਪਾਉਣਾ ਸਿੱਖਣਾ ਮੈਂ ਕਿਹਾ ਚੱਲ ਠੀਕ ਹੈ ਤੈਨੂੰ ਸਿਖਾਲਦਾ ਨੇ ਤੇਲ ਪਾਉਣਾ ਸਹੀ ਆ ਚੱਲ ਇੰਨਾ ਹੀ ਕੰਮ ਆ ਤੈਨੂੰ 8000 ਰੁਪਇਆ ਦੇ ਜਾਣਾ ਮਹੀਨੇ ਦਾ ਕਿਉਂ ਲੱਭੂ ਸਹੀ ਆ ਨਾ ਨਾਲੇ ਲੱਗ ਗਏ ਜਦੋਂ ਮਰਜ਼ੀ ਆ ਗਿਆ ਚੱਲ ਗਿਆ ਹੈ ਜਦੋਂ ਮਰਜ਼ੀ ਘਰ ਨੂੰ ਚੱਲ ਗਿਆ ਜਦ ਮਰਜ਼ੀ ਆ ਗਿਆ ਆ ਲੈ ਚਲੀਏ ਨਵੇਂ ਸ਼ਹਿਰ ਵੱਲੋਂ ਅਸੀਂ ਤਿਆਰ ਤਿਉਰ ਹੋ ਗਏ ਹਾਂ ਕਠਾਰ ਖੜੇ ਹਾਂ ਜਾਣੀ ਕਿ ਆਹ ਮੇਨ ਹਾਈਵੇ ਆ ਜਲੰਧਰ ਜਾਂਦਾ ਇੱਧਰ ਹੁਸ਼ਿਆਰਪੁਰ ਜਾਂਦਾ ਇਹ ਇੱਧਰ ਨੂੰ ਸਾਡੇ ਵੱਲੋਂ ਆ ਅਤੇ ਉੱਧਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਿੱਦਾਂ ਆਪਣੀ ਸ਼ੋਪ ਆ ਤੁਹਾਨੂੰ ਦੱਸਿਆ ਜੀ ਨਾ ਕੋਹਲੀ ਮੋਬਾਈਲ ਵਾਲਾ ਬਾਈ ਆਪਣਾ ਅਤੇ ਉਹਨੂੰ ਮੈਂ ਕਿਹਾ ਸੀਗਾ ਅਤੇ ਉਹ ਕਹਿੰਦਾ ਮੈਂ ਜਿੱਦਾਂ ਹੈ ਨਾ ਕੋਈ ਨਹੀਂ ਮੈਂ ਲੈ ਆਉਣਾ ਆਉਂਦਾ ਪਿਆ ਜਲੰਧਰੋਂ ਅਤੇ ਮੈਂ ਕਿਹਾ ਚਲੋ ਉੱਦਾਂ ਵੀ ਰਾਹ 'ਚ ਅਸੀਂ ਤਾਂ ਕਿਤੇ ਵੀ ਲੈ ਸਕਦੇ ਰਾਹ 'ਚ ਲੈ ਸਕਦੇ ਅਸੀਂ ਨਵੇਂ ਸ਼ਹਿਰ ਜਾ ਕੇ ਲੈ ਸਕਦੇ ਅਸੀਂ ਫੋਨ ਲੈਣਾ ਹੈ ਨਾ ਚਲੋ ਉਹਨਾਂ ਆਪਣਾ ਪਿਆਰ ਆ ਕਿਉਂਕਿ ਚਲੋ ਮੈਂ ਕਿਹਾ ਉਹਦੇ ਕੋਲ ਲੈ ਲੈਂਦੇ ਫੋਨ ਅਤੇ ਨਾਲੇ ਆਪਾਂ ਨੂੰ ਕੀ ਉਹਨੂੰ ਇਹ ਹੋ ਜਾਂਦਾ ਕਿ ਚੱਲ ਹੈ ਨਾ ਕਿ ਮੇਰੇ ਕੋਲ ਚੀਜ਼ ਲੈਂਦੇ ਹੈ ਨਾ ਕਿਉਂਕਿ ਮੇਰੀ ਆਦਤ ਹੈ ਕੱਪੜਾ ਕੋਈ ਵੀ ਚੀਜ਼ ਲੈਣੀ ਇੱਕੋ ਜਗ੍ਹਾ ਤੋਂ ਲੈਣੀ ਹੈ ਹੀ ਨਹੀਂ ਕਿ ਅੱਜ ਉੱਧਰ ਚਲੇ ਗਏ ਅੱਜ ਉੱਧਰ ਚਲੇ ਗਏ ਹੈ ਨਾ ਇੱਕ ਬੰਦੇ ਤੋਂ ਹੀ ਸਹੀ ਰਹਿੰਦਾ ਸਿਸਟਮ ਆ ਆਹ ਚੱਕਰ ਓ ਗੋਡ ਨਹੀਂ ਤਾਂ ਮੈਂ ਇੰਨੀ ਵੇਟ ਕਦੀ ਨਾ ਕਿਸੇ ਦੀ ਕਰਾਂ ਅਗਲੇ ਨੂੰ ਛੱਡ ਕੇ ਚੱਲ ਜਾਵਾਂ ਬਾਈ ਕਹਿੰਦਾ 20 ਮਿੰਟ ਲੱਗਣੇ 10 ਮਿੰਟ ਦੋ ਗਲਾਸ ਦੱਸ ਨਹੀਂ ਕੀ ਕਿਆ ਡਰਾਈ ਫਰੂਟ ਵੀ ਪਤਾ ਚੈਰੀ ਚੈਰੀ ਨਾ ਬਾਈ ਮੇਰੇ ਵਾਲੀ ਚ ਲੱਛਾ ਕਿਆ ਉਹ ਵੀ ਚੈਰੀ ਹੈ ਓਕੇ ਕਿਤਨੇ ਕੇਲੇ ਪਾਏਗੇ ਕਿਤਨੇ ਕੇਲੇ ਬਨਾਨਾ ਕਿਤਨਾ ਪਾਏ ਬਨਾਨਾ ਕਿਤਨਾ ਪਾਏਗੇ ਬਨਾਨਾ ਤਾਂ ਬੜੀ ਆਪਣੇ ਕੇਲੇ ਦੇ ਹਿਸਾਬ ਸੇ ਹੁੰਦਾ ਦੋ ਗਲਾਸ ਮੇਂ ਕਿਤਨਾ ਚਾਰ ਹੈ ਇਹ 4 ਵੀ 5 ਵੀ 6 ਵੀ 2 ਵੀ ਕੇਲੇ ਦੇ ਹਿਸਾਬ ਹੁੰਦਾ ਵੀ ਓਕੇ ਯਾਨੀ ਕਿ 4 ਤਾਂ ਘੱਟ ਨਾ ਪਾਈ ਮੇਰਾ ਭਰਾ ਇਹ ਨਹੀਂ ਪਤਾ ਵੀ ਕੇਲੇ ਦੇਖ ਕੇ ਹੀ ਉਹ ਤਨ ਤੋਲਾ ਹੁੰਦਾ ਹੈ ਵੈਸੇ ਛੋਟੇ ਗਲਾਸ ਮੀਡੀਅਮ ਗਲਾਸ ਗਲਾਸ ਦਿਖਾਉਂਦੇ ਆ ਨਾ ਕਿੱਦਾਂ ਦਾ ਆ ਵੱਡਾ ਕਿੰਨੇ ਦਾ ਹਾਂ 50 ਵਾਲੇ ਦੇ ਦੇ ਕੇਲੇ 4 ਪਾ ਦੀ ਵਿੱਚ ਹੈ ਫਿਰ ਜ਼ਿਆਦਾ ਪਾਊਂਗਾ ਹਾਂ ਜ਼ਿਆਦਾ ਪਾ ਦੇ ਪਤਲਾ ਨਾ ਰੱਖੀ ਬਸ ਕਿਉਂਕਿ ਸਾਡੇ ਲੋਕਲ 10,000 ਦਾ ਉਹ ਕਹਿੰਦਾ ਫੋਨ ਲੈਂਦੇ ਆ ਭਾਜੀ ਮੈਂ 10,000 ਵਾਲੇ ਲਿਆਉਣਾ ਉਹਨਾਂ ਫੋਨ ਅਤੇ ਉਹ ਗਿਆ ਹੋਇਆ ਲੈਣ ਜਿੱਦਾਂ ਸਮਾਨ ਆਪਣਾ ਮੈਂ ਕਿਹਾ ਕੋਈ ਨਹੀਂ ਤੂੰ
ਵੀਡੀਓ ਕਾਲ ਤੇ ਉਹਨੇ ਕਲਰ ਵੀ ਦਿਖਾਤਾ ਆਪਾਂ ਨੂੰ ਸਾਰਾ ਕੁਝ ਦੇਖ ਲਿਆ ਏ ਟੂ ਜ਼ੈਡ ਬਸ ਉਥੋਂ ਪਿੱਕ ਕਰਕੇ ਬਿੱਲ ਬੁੱਲ ਲੈ ਕੇ ਤੇ ਜਿੰਨੀ ਵਾਰੰਟੀ ਆ ਉਹਦੀ ਸਾਰਾ ਕੁਝ ਤੇ ਨਾਲ ਹੀ ਆਪਾਂ ਚਾਲੇ ਪਾ ਲੈਣੇ ਸਿੱਧੇ ਨਵੇਂ ਸ਼ਹਿਰ ਨੂੰ ਤੇ ਆ ਜਾਓ ਚੇਅਰਸ ਪੀ ਲਓ ਇੱਕ ਵਾਰੀ ਫਿਰ ਏਦਾਂ ਆ ਗਿਆ ਸਨੈਪਚੈਟਾਂ ਪਾਈ ਜਾਂਦਾ ਕੰਨਾ ਸਿੰਗਲ ਬੰਦਾ ਬਾਬੇ ਕਿਹੜੀਆਂ ਸਨੈਪਚੈਟਾਂ ਕੋਈ ਸਨੈਪਚੈਟ ਨਹੀਂ ਬਸ ਇਹਦਾ ਤੇ ਵਧੀਆ ਕਰਨ ਦਿਆ ਸਿੰਗਲ ਲਾਈਫ ਗੁੱਡ ਲਾਈਫ ਆ ਮੈਂ ਸਿੰਗਲ ਨਹੀਂ ਹੈਗਾ ਬਰੋ ਫਿਰ ਲੜਾਈ ਹੋਣੀ ਚੱਲ ਹੁਣ ਮੜੇ ਆਸਰਾ ਜਿਹਾ ਹੋ ਗਿਆ ਨਾ ਬਾਬੇ ਇੱਕ ਮੇਰੇ ਹੁਣ ਰਿਕੁਐਸਟ ਹੀ ਆ ਜਿੰਨੀਆਂ ਕੁੜੀਆਂ ਬਲੌਗ ਦੇਖਦੀਆਂ ਜੇ ਕੋਈ ਵੀ ਮੇਰਾ ਕਰਨੀ ਚਾਹੁੰਦੀ ਹੈ ਰਿਲੇਸ਼ਨ ਚ ਹੋਣੀ ਚਾਹੁੰਦੀ ਉਹ ਬੇਝਿਜਕ ਮੈਨੂੰ ਹੋ ਕੇ ਮੈਸੇਜ ਕਰ ਸਕਦੀ ਮੇਰੀ ਇੰਸਟਾਗ੍ਰਾਮ ਦੀ ਆਈਡੀ ਹੈਗੀ ਆਈ ਐਮ ਕਰਨ ਭੰਬਰਾ ਸਨੈਪਚੈਟ ਦੀ ਆਈ ਐਮ ਕਰਨ ਭੰਬਰਾ ਮੇਰਾ ਨੰਬਰ ਅਗਰ ਇਹਦੇ ਨਵੇਕਣ ਜਾਂ 53 ਸੋ ਕੋਈ ਵੀ ਜਾਣਾ ਜੇ ਕਿਸੇ ਦੇ ਦਿਲ ਦੇ ਵਿੱਚ ਮੇਰੇ ਲਈ ਪਿਆਰ ਹੋਵੇ ਤਾਂ ਉਹ ਮੈਨੂੰ ਮੈਸੇਜ ਕਾਲ ਜ਼ਰੂਰ ਕਰੋ ਥੈਂਕ ਯੂ ਇਹ ਬਿਆਨਬਾਜੀ ਇਹਦੀ ਹੈ ਇਹ ਚ ਮੇਰੀ ਕੋਈ ਗਾਰੰਟੀ ਨਹੀਂ 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 ਬਾਬੇ ਭਰੋਸੇਮੰਦ ਬੰਦਾ ਮੈਂ ਟਰਸਟ ਪੂਰਾ ਤੁਸੀਂ ਭਾਜੀ ਤੇ ਕਰ ਸਕਦੇ ਆ ਕੋਈ ਚੱਕਰ ਨਹੀਂ ਠੀਕ ਹੈ ਨਾ ਇਹ ਚੱਕਰਾਂ ਚ ਨਹੀਂ ਤੁਸੀਂ ਨਹੀਂ ਪੈਣਾ ਆਪਣਾ ਫਿਊਚਰ ਦੇਖਣਾ ਸਾਰਾ ਕੁਛ ਚਾਰ ਸਾਨੂੰ ਇੱਥੇ ਵੱਜ ਗਏ ਉਹ ਕਹਿੰਦਾ ਹੁਣ ਮੈਂ ਦੁਕਾਨ ਤੋਂ ਬਿੱਲ ਕੱਟ ਕੇ ਦਿੰਦਾ ਕਿਉਂਕਿ ਏਦਾਂ ਆਪਾਂ ਲਿਆਣਾ ਵੀ ਨਹੀਂ ਬਿੱਲ ਤੋਂ ਖੜੇ ਆ ਉਰੇ ਚਾਬੀ ਲੈਣ ਗਿਆ ਘਰ ਨੂੰ ਦੁਕਾਨ ਬੰਦ ਲੈ ਕੇ ਹੈ ਨਾ ਸਮਾਨ ਹੁਣ ਆ ਕੇ ਖੋਲੂਗਾ ਫਿਰ ਅਸੀਂ ਜਾਵਾਂਗੇ ਉੱਧਰ ਬਾਈ ਹੁਣ ਚੱਲੇ ਕਿਤੇ ਤਿਆਰ ਹੋ ਕੇ ਘੰਨੇ ਦੀ ਐਨਕਾਂ ਲਈਆਂ ਘੰਨੇ ਨੇ ਗਿਫਟ ਕਰਤੀਆਂ ਬਾਈ ਨੂੰ ਐਨਕਾਂ ਤੇ ਇਸ ਟਾਈਮ ਫੋਟੋ ਸ਼ੂ ਹੋ ਰਿਹਾ ਪੂਰਾ ਬੜਾ ਸਟੈਟ ਖਿੱਚ ਅੰਦਰ ਨੂੰ ਨਾਲੇ ਲੱਗਦੀਆਂ ਵਧੀਆ ਸੋਹਣ ਲੱਗੇ ਹੁਣ ਚਲੋ ਹੁਣ ਲੈ ਗਏ ਚਾਰ ਪੂਰੇ ਵੱਜ ਗਏ ਨੇ ਟਾਈਮ ਕਿੰਨਾ ਹੋਇਆ ਦੇਖੀ ਮੜਾ ਮਿਲ ਜਾਣ ਉਹਨੇ ਪਾਰਟੀ ਦੇ ਜਾਣਾ ਆਪਾਂ ਤਾਂ ਲੋਕਲ ਹੀ ਜਾਣਾ ਮੈਂ ਚੱਲ ਲਾਦਾ ਕੋਈ ਨਹੀਂ ਕੰਨੇ ਦਾ ਦਿਲ ਹੈ ਨਹੀਂ ਗਾ ਇਹਦਾ ਦਿਲ ਹੈ ਨਹੀਂ ਇਹਨੇ ਕਦੀ ਵੀ ਨਹੀਂ ਦੇ ਸਕਦਾ ਪਰ ਮੈਨੂੰ ਲੱਟਣਾ ਨਾ ਪਵੇ ਇਹ ਨਹੀਂ ਦੇ ਸਕਦਾ ਚੀਜ਼ ਕਦੀ ਵੀ ਆਪਣੀ ਹੁਣ ਪਤਾ ਤਾਂ ਹੀ ਦੇ ਦਿਖਾਇਆ ਤਾਂ ਮੈਂ ਵਾਲਾ ਲੱਖਾਂ ਦੇ ਮਾਮਾ ਜੀ ਬਾਬਾ ਨੇ ਗੇ ਸੁਣਾ ਨਹੀਂ ਕਰਦਾ ਔਰ ਰਵਾ ਜਾ ਕੇ ਲੈ ਕੇ ਜਾ ਹੁਣ ਦੁਕਾਨ ਖੋਲੂਗਾ ਲੋਕ ਆ ਲਿਆ ਫੋਨ ਆਪਾਂ ਇਹ ਪੈਕਿੰਗ ਇਦਾਂ ਆਪ ਕਰ ਸਕਦੇ ਓਪਨ ਕਿ ਨਹੀਂ ਲੋਣੀ ਲਾ ਰਹੇ ਹੋ ਖੋਲਣਾ ਹੈ ਨਾ ਮੈਂ ਕਹਿੰਦਾ ਰਹਿਣ ਦੇ ਯਾਰ ਅਗਲੇ ਆਪ ਹੀ ਖੋਲਣਗੇ ਤੇ ਬਿੱਲ ਕੱਟ ਕੇ ਦੇ ਦੋ ਨਹੀਂ ਨਹੀਂ ਭਾਈ ਗਿਫਟ ਦੇਣਾ ਗਾ ਨਹੀਂ ਤਾਂ ਹੁਣੇ ਖੋਲ ਲੈਣਾ ਸੀ ਆਪਾਂ ਉਹ ਗਿਫਟ ਦੇਣਾ ਕੋਈ ਨਹੀਂ ਮੈਂ ਉਹਨਾਂ ਨੂੰ ਕਹਿ ਦੂੰਗਾ ਜਦੋਂ ਤੁਸੀਂ ਇਹਦੀ ਸੀਲ ਖੋਲਣੀ ਆ ਸਾਰਾ ਪੈਕ ਕੀਤਾ ਤੇ ਵੀਡੀਓ ਬਣਾ ਲਿਓ ਆ ਗੱਲ ਤੇ ਸਹੀ ਹੈ ਕਈ ਵੇਲੇ ਗਲਤ ਪੀਸ ਵੀ ਆ ਜਾਂਦਾ ਨਾ ਉਹਨੂੰ ਫਿਰ ਪਾਸ ਕਰਨਾ ਨਾ ਮੰਨਦੇ ਨਹੀਂ ਖਾਲੇ ਆ ਕਹਿੰਦਾ ਤੁਹਾਡੇ ਤੋਂ ਡਿੱਗਿਆ ਉਹ ਦਾ ਇਹਦੀ ਸਾਲ ਦੀ ਵਾਰੰਟੀ ਆ ਸਾਲ ਦੀ ਬਸ ਸਹੀ ਆ ਫੋਨ ਬਾਬੇ ਉਦਾਂ ਰੇਟ ਇਹਦਾ ਜਿੱਦਾਂ ਨਾ ਦੁਕਾਨਾਂ ਵਾਲੇ ਨੂੰ ਤੁਹਾਨੂੰ ਪਤਾ ਮਗਰੋਂ ਸਸਤਾ ਮਿਲਦਾ ਨਹੀਂ ਆਪਣਾ ਵੀ ਪਹੁੰਚਾਉਣਾ ਹੁੰਦਾ ਵਿੱਚੋਂ ਨਾ ਮਗਰੋਂ ਉਹਦਾ ਪ੍ਰਿੰਟ ਰੇਟ ਹੈਗਾ 19,999 ਅਤੇ ਆਪਾਂ ਨੂੰ ਮਿਲਿਆ ਹੈਗਾ 18 ਦੇ ਵਿੱਚ ਇਹ ਫਾਇਦਾ ਹੋ ਗਿਆ ਆਪਾਂ ਨੂੰ ਯਾਨੀ ਕਿ 20,000 ਹੀ ਰੱਖ ਲਓ ਕਿ 20,000 ਦਾ ਫੋਨ ਅਤੇ ਆਪਾਂ ਲਿਆ 18,000 ਦੇ ਵਿੱਚ ਬਗਾੜੇ ਤੋਂ ਬੰਗਾ ਬੰਗੇ ਤੋਂ ਸਿੱਧਾ ਨਵਾਂ ਸ਼ਹਿਰ ਚੰਡੀਗੜ੍ਹ ਰੋਡ